ਸਾਰੇ ਕੰਮ ਹੈ ਜਿਹੜੇ ਬੀ ਸੀ ਵਿੱਚ ਕੰਮ ਕਰਦੇ ਆ ਉਹ ਚਾਹੁੰਦੇ ਆ ਕਿ ਉਹਨਾਂ ਦਾ ਵਰਕ ਪਲੇਸ ਜਿਹੜਾ ਉਹ ਸੇਫ ਹੋਵੇ, ਉਹਨਾਂ ਦੇ ਜਿਹੜੇ ਸਕੈਜੂਅਲ ਆ ਉਹਨਾਂ ਦੇ ਵਿੱਚ ਉਹਨਾਂ ਦੀ ਕੋਈ ਦੇਣ ਹੋਵੇ, ਅਤੇ ਉਹ ਚਾਹੁੰਦੇ ਆ ਕਿ ਉਹ ਆਪਣੇ ਲਈ ਅਤੇ ਕਲੈਕਟਿਵਲੀ ਰਲ ਕੇ ਬੈਟਰ ਵੇਜਸ ਅਤੇ ਬੈਨੀਫਿਟ ਨੂੰ ਉਹ ਨੈਗੋਸ਼ੀਏਟ ਕਰ ਸਕਣ। ਪਰ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਆ ਕਿ ਜਦੋਂ ਉਹਨਾਂ ਦਾ ਇਹ ਰਾਈਟ ਜਿਹੜਾ ਕਿ ਕਨੇਡੀਅਨ ਕਾਂਸਟੀਟਿਊਸ਼ਨ ਦੇ ਵਿੱਚ ਇੰਸ਼ਰਾਈਨ ਹੋਇਆ ਹੋਇਆ ਕਨੇਡੀਅਨ ਚਾਰਟਰ ਰਾਈਟ ਐਂਡ ਫਰੀਡਮ ਦੇ ਵਿੱਚ ਰਾਈਟ ਟੂ ਐਸੋਸੀਏਸ਼ਨ, ਜਦੋਂ ਉਹਨੂੰ ਉਹ ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਵਿੱਚ ਬੈਰੀਅਰਸ ਬਹੁਤ ਹੈਗੇ ਆ, ਜਿਸ ਤਰ੍ਹਾਂ ਕਿ ਇੰਪਲੋਇਰ ਇੰਟਰਫੀਅਰ ਕਰਦੇ ਆ ਉਸ ਵੇਲੇ ਜਦੋਂ ਉਹ ਜਦੋਂ ਕਿ ਉਹ ਆਪਣੇ ਸਰਟੀਫਿਕੇਸ਼ਨ ਪ੍ਰੋਸੈਸ ਵਿੱਚ ਦੀ ਜਾ ਰਹੇ ਹੁੰਦੇ ਆ, ਇਹੋ ਜਿਹੇ ਟੈਕਟਿਕ ਜਿਸ ਤਰ੍ਹਾਂ ਕਿ ਉਹਨਾਂ ਨੂੰ ਟਰਮੀਨੇਟ ਕੀਤਾ ਜਾਂਦਾ, ਉਹਨਾਂ ਨੂੰ ਥਰੈਟ ਕੀਤੀ ਜਾਂਦੀ ਲੇਅ ਹੋਣ ਦੀ, ਪਲਾਂਟ ਸ਼ਟ ਡਾਊਨ ਦੀ ਥਰੈਟ ਕੀਤੀ ਜਾਂਦੀ ਆ। ਸੋ ਜਿਹੜਾ ਕਿ ਆ ਬਿੱਲ 10 ਅੱਜ ਅਸੀਂ ਲੈ ਕੇ ਆਏ ਹਾਂ, ਬਿੱਲ 10 ਜਿਹੜਾ ਆ ਇਹਦੇ ਨਾਲ ਸਿੰਗਲ ਸਟੈਪ ਸਰਟੀਫਿਕੇਸ਼ਨ ਹੋ ਜਾਏਗੀ, ਜਿਹੜੀ ਕਿ ਵਰਕਰ ਜੇ 55% ਉਹ ਜਿਹੜੀ ਕਿ ਫੁੱਲ ਕਲੀਅਰ ਮੈਜੋਰਟੀ ਹੈਗੀ ਆ, ਜੇ ਉਹ ਸਾਈਨ ਕਰਦੇ ਆ ਯੂਨੀਅਨ ਮੈਂਬਰਸ਼ਿਪ ਬਣਦੇ ਤਾਂ ਉੱਥੇ ਯੂਨੀਅਨ ਬਣ ਜਾਏਗੀ, ਤਾਂ ਜਿਹੜਾ ਸੀਕਰਟ ਬੈਲਟ ਜਿਹੜੀ ਹੈਗੀ ਉਹਦੀ ਫਿਰ ਲੋੜ ਨਹੀਂ ਪੈਗੀ। ਪਰ ਦੂਸਰਾ ਇਹ ਹੈਗਾ ਜੇ 45% ਤੋਂ 55% ਤੱਕ ਸਾਈਨ ਕਰਦੇ ਆ ਫਿਰ ਉਹਨਾਂ ਨੂੰ ਦੁਬਾਰਾ ਵੋਟ ਜ਼ਰੂਰ ਪਾਉਣੀ ਪਏਗੀ। ਸੈਕਿੰਡ ਪਾਰਟ ਜਿਹੜਾ ਅਸੀਂ ਅੱਜ ਲਿਆਂਦਾ ਉਹ ਹੈਗਾ ਕੰਸਟਰਕਸ਼ਨ ਸੈਕਟਰ ਲਈ। ਕੰਸਟਰਕਸ਼ਨ ਸੈਕਟਰ ਕਿਉਂਕਿ ਪ੍ਰੋਜੈਕਟ ਜਿਹੜੇ 2 ਜਾਂ 3 ਸਾਲ ਤੋਂ ਵੱਧ ਹੁੰਦੇ ਆ, ਜਦੋਂ ਕਿ ਇੱਕ ਵਰਕਰ ਚਾਹੁੰਦੇ ਕਿ ਅਸੀਂ ਯੂਨੀਅਨ ਬਦਲਣੀ ਆ ਇੱਕ ਯੂਨੀਅਨ ਦੂਜੀ ਨੂੰ, ਉਹ ਜਿਹੜਾ ਸਾਡਾ ਲੇਬਰ ਕੋਡ ਆ ਉਹ ਚਾਹੁੰਦਾ ਕਿ ਤੁਸੀਂ ਇਸ ਵੇਲੇ ਜਿਹੜਾ ਮੌਜੂਦਾ ਜਿਹੜਾ ਲੇਬਰ ਕੋਡ ਆ ਉਹ ਕਹਿੰਦਾ ਕਿ ਤੁਸੀਂ ਆਪਣੇ ਕਲੈਕਟਿਵ ਅਗਰੀਮੈਂਟ ਦੇ 30 ਸਾਲ ਬਦਲ ਸਕਦੇ ਹਾਂ, ਉਸ ਤੋਂ ਬਾਅਦ ਹਰੇਕ ਸਾਲ ਬਦਲ ਸਕਦੇ ਹਾਂ। ਪਰ ਕੰਸਟਰਕਸ਼ਨ ਪ੍ਰੋਜੈਕਟ ਜਿਹੜੇ ਆ ਉਹ 2-3 ਸਾਲ ਤੋਂ ਬਾਅਦ ਚੱਲਦੇ ਨਹੀਂ ਹੈਗੇ, ਇਸ ਕਰਕੇ ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਹਰ ਇੱਕ ਸਾਲ ਯੂਨੀਅਨ ਚੇਂਜ ਦਾ ਹੱਕ ਹੋਣਾ ਚਾਹੀਦਾ, ਉਹ ਅਸੀਂ ਲੈ ਆਏ ਹਾਂ। ਮੇਨ ਜਿਹੜੀ ਬੋਟਮ ਲਾਈਨ ਇਹ ਹੈਗੀ ਆ ਇਹ ਚੇਂਜਸ ਲਿਆਉਣ ਦੀ ਕਿ ਜਿਹੜੇ ਵਰਕਰ ਹੈਗੇ ਬੀ ਸੀ ਦੇ ਜਾਂ ਕਨੇਡਾ ਦੇ ਉਹਨਾਂ ਕੋਲ ਕਾਂਸਟੀਟਿਊਸ਼ਨ ਰਾਈਟ ਹੈਗਾ ਇਨਸ਼ਵਾਈਨਡ ਇਨ ਕਨੇਡੀਅਨ ਚਾਰਟਰ ਰਾਈਟਸ, ਰਾਈਟ ਟੂ ਐਸੋਸੀਏਸ਼ਨ, ਕਿ ਉਹ ਆਪਣੀ ਮਨਪਸੰਦ ਯੂਨੀਅਨ ਨੂੰ ਜੁਆਇਨ ਕਰ ਸਕਣ ਜਿਹਦੇ ਵਿੱਚ ਕਿਸੇ ਹੋਰ ਦੀ ਦਖਲਅੰਦਾਜ਼ੀ ਨਹੀਂ ਚਾਹੀਦੀ, ਕੋਈ ਵੀ ਬੈਕਲੈਸ਼ ਨਹੀਂ ਚਾਹੀਦੀ, ਕੋਈ ਪਨਿਸ਼ਮੈਂਟ ਨਹੀਂ ਉਹਦੀ ਚਾਹੀਦੀ। ਉਹਨਾਂ ਦਾ ਹੱਕ ਬਣਦਾ, ਉਹਨੂੰ ਉਹ ਚਾਹੁੰਦੇ ਆ ਕਿ ਉਹ ਹੱਕ ਨੂੰ ਦੀ ਐਕਸਰਸਾਈਜ਼ ਕਰਨ ਤਾਂ ਕਿ ਉਹ ਬੈਟਰ ਬਾਰਗਨਿੰਗ ਕਰ ਸਕਣ, ਬੈਟਰ ਵੇਜਸ, ਬੈਟਰ ਬੈਨੀਫਿਟਸ ਲਈ ਅਤੇ ਸੇਫਰ ਵਰਕ ਪਲੇਸ ਵਾਸਤੇ। ਸੋ ਅੱਜ ਦਾ ਦਿਨ ਮੇਰੇ ਵਾਸਤੇ ਬੜਾ ਮਾਣ ਵਾਲਾ ਹੈਗਾ ਕਿ ਵਰਕਰਾਂ ਦਾ ਜਿਹੜਾ ਹੱਕ ਬਣਦਾ ਅੰਡਰ ਕਾਂਸਟੀਟਿਊਸ਼ਨ ਉਹਨਾਂ ਨੂੰ ਅਸੀਂ ਦਵਾ ਰਹੇ ਹਾਂ ਕਿ ਉਹ ਐਕਸਰਸਾਈਜ਼ ਕਰ ਸਕਣ ਕਿਸੇ ਦੀ ਹੋਰ ਦਖਲਅੰਦਾਜ਼ੀ ਤੋਂ ਬਿਨਾਂ। ਧੰਨਵਾਦ।